ਦੇ ਹਿੱਸੇ ਪੈ ਜੁੜਦਾ ਇਧਰਲੇ ਪਾਸੇ ਖਿਆਲੀ ਪਿੰਡ ਵਾਲਾ ਨੈਬੀ ਵੇਖਾਂਗੇ ਕਬੱਡੀ ਪਾਉਣ ਨੇ ਮੈਦਾਨ ਦੇ ਵਿੱਚ ਵਾਧਾ ਇਹ ਕੋਟਲੀ ਦੇ ਖੇਡ ਮੇਲੇ ਦਾ ਬੈਸਟ ਧਾਵੀ ਆ ਬੈਸਟ ਰੇਡਰ ਹੈ ਕੋਟਲੀ ਦੇ ਖੇਡ ਮੇਲੇ ਦਾ ਲੋ ਨੈਬੀ ਖਿਆਲੀ ਪਿੰਡ ਵਾਲਾ ਆਪਦੀ ਟੀਮ ਲਈ ਪੁਆਇੰਟ ਦਾ ਵਾਧਾ ਕਰ ਗਿਆ ਭਾਗੀ ਬਾਂਦਰ ਆ ਗਈ ਆ ਕਿ ਨਹੀਂ ਦੱਸੇ ਭਾਗੀ ਬਾਂਦਰ ਮਾਉੜ ਕਲਾਂ ਤੇ ਮੱਲਾ ਭਾਗੀ ਬਾਂਦਰ ਆ ਗਈ ਇਹਨਾਂ ਨੂੰ ਕਹਿ ਰੇਡਰ ਚੈੱਕ ਕਰ ਲਓ ਵੀਰੇ ਆਵੇ ਵੇਟਿੰਗ ਬਾਕਸ 'ਚ ਖੜ ਕੇ ਗਰਾਊਂਡ 'ਤੇ ਆ ਕੇ ਸਿੱਧਾ ਤੁਸੀਂ ਮੈਚ ਖੇਡਣਾ ਦੋਨੇ ਟੀਮਾਂ ਗਰਾਊਂਡ 'ਤੇ ਖੜੀਆਂ ਬਾਈ ਇੱਕ ਬੰਦਾ ਤੁਸੀਂ ਨਾਲ ਜਾ ਵੜੋ ਅਤੇ ਇਹਨਾਂ ਨੂੰ ਕਹਿ ਆਪੋ ਆਪਣੇ ਰੇਡਰ ਚੈੱਕ ਕਰ ਲਓ ਮਿੱਟੀ ਮੱਲ ਨਹੀਂ ਮਿੱਟੀ ਮੱਲ ਕੋ ਮਰਜ਼ੀ ਕਰੋ ਅਤੇ ਗਰਾਊਂਡ 'ਚ ਆ ਕੇ ਸਿੱਧਾ ਮੈਚ ਖੇਡਣਾ ਵਾ ਹੈਲੋ ਹਾਂਜੀ 75 ਕਿਲੋ ਵਰਗ ਦੇ ਟੀਮਾਂ ਨੂੰ ਬੇਨਤੀ ਆ ਬਾਈ ਜੀ ਜੇ ਕੋਈ ਟੀਮ ਪਹੁੰਚੀ ਇੱਥੇ ਤਾਂ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਜੀ 75 ਕਿਲੋ ਵਰਗ ਬਾਈ ਜੀ ਇਤਰਾਜ਼ ਲਾਉਂਦੇ ਆ ਜਗਵੀਰ ਦਿਆਲਪੁਰੇ ਦੀ ਟੀਮ ਵੱਲੋਂ ਇਤਰਾਜ਼ ਆ ਬਾਈ ਆਈ ਰੋਡ ਤੋਂ ਐਂਟਰੀ ਫੀਸ ਨਹੀਂ ਆਉਂਦੀ ਉਹਨਾਂ ਚਿਰ ਕੋਈ ਇਤਰਾਜ਼ ਨਹੀਂ ਵੀਰੇ ਠੀਕ ਆ ਜੀ ਚੱਲ ਵੀ ਨੈਬੀ ਪਾ ਵੀ ਅਗਰੀ ਕਬੱਡੀ ਲੋ ਨੈਬੀ ਖਿਆਲੀ ਪਿੰਡ ਵਾਲਾ ਮੈਦਾਨ ਦੇ ਵਿੱਚ ਨੌ ਨੂੰ ਸਟਾਪ ਕਬੱਡੀਆਂ ਪਾ ਰਿਹਾ ਲੋ ਪਾਈ ਹੈ ਕਬੱਡੀ ਤੇ ਉਧਰਲੇ ਪਾਸੇ ਚਾਰ ਜਾਫੀਆਂ ਦਿਆਲਪੁਰੇ ਵਾਲੇ ਹੁਣ ਵੇਖਾਂਗੇ ਵੀ ਚਾਰਾਂ ਜਾਫੀਆਂ ਚੋਂ ਕਿਹੜਾ ਮੈਦਾਨ ਦੇ ਵਿੱਚ ਠੱਲ ਪਾਉਂਦਾ ਉਧਰਲੇ ਪਾਸੇ ਜਾਫੀ ਦੀ ਕੀਤੀ ਟਰਾਈ ਤੇ ਪੁਆਇੰਟ ਧਾਬੀ ਦਾ ਪੁਆਇੰਟ ਨੈਬੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈਲੋ ਟੀਮਾਂ ਇਤਰਾਜ਼ ਲਾਉਂਦੀਆਂ ਅੱਧੇ ਸੱਤ ਰੇਡਾਂ ਜਿੰਨਾ ਵੀ ਟਾਈਮ ਆ ਉਹਦੇ ਅੱਧੇ ਸਮੇਂ ਦੇ ਵਿੱਚ ਇਤਰਾਜ਼ ਲਾਇਆ ਕਰੋ ਜਦੋਂ ਮੈਚ ਪੂਰਾ ਖੇਡਿਆ ਜਾਂਦਾ ਤੁਸੀਂ ਇਤਰਾਜ਼ ਲਾ ਦਿੰਦੇ ਹੋ ਵੀਰੋ ਅੱਧੇ ਸਮੇਂ ਤੋਂ ਪਹਿਲਾਂ ਪਹਿਲਾਂ ਇਤਰਾਜ਼ ਲੱਗਣਾ ਜ਼ਰੂਰੀ ਹੈ ਦੂਜੀ ਟੀਮ ਤੇ ਹੋ ਗਈ ਤਸੱਲੀ ਇਹਨਾਂ ਦੀ ਭਾਗੀ ਬਾਂਦਰ ਵਾਲਿਆਂ ਤੇ ਨਾਨਕਪੁਰੇ ਵਾਲਿਆਂ ਦੀ ਹੈਲੋ ਬਿੱਲੇ ਰਿਜ਼ਲਟ ਇਹਦਾ ਰਿਜ਼ਲਟ ਇਹਦੇ ਵਿੱਚੋਂ ਜੀ ਮਹਿਰਾਜ ਜੇਤੂ ਆ ਠੀਕ ਹੈ ਜੀ ਆ ਜਾਓ ਨਾਨਕਪੁਰੇ ਵਾਲੇ ਤੇ ਭਾਗੀ ਬਾਂਦਰ ਦੋਨੇ ਟੀਮਾਂ ਦਾ ਮੈਚ ਹੈ ਨਾਲ ਹੀ ਮੌੜ ਕਲਾਂ ਤੇ ਮੱਲਾ ਵੀ ਗਰਾਊਂਡ ਦੇ ਲਾਗੇ ਆ ਜਾਓ ਮੌੜ ਕਲਾਂ ਤੇ ਮੱਲਾ ਮੌੜ ਕਲਾਂ ਤੇ ਮੱਲੇ ਦੀਆਂ ਟੀਮਾਂ ਨੂੰ ਬੇਨਤੀ ਆ ਵੀ ਚੱਲਦੇ ਮੈਚ ਦਾ ਸਮਾਂ ਵੇਟਿੰਗ ਬਾਕਸ ਦੇ ਵਿੱਚ ਆ ਕੇ ਖੜ ਜਾਓ ਤੇ ਉੱਥੇ ਹੀ ਤੁਸੀਂ ਰੇਡਰ ਚੈੱਕ ਕਰਨੇ ਜੇ ਤੁਸੀਂ ਗਰਾਊਂਡ ਤੇ ਰੇਡਰ ਚੈੱਕ ਕਰਨੇ ਹੈ ਅੱਗੇ ਕਰਨ ਲੱਗ ਗਏ ਤਾਂ ਤੁਹਾਡੀਆਂ ਟੀਮਾਂ ਵੀਰੇ ਕੱਟਣਾਂਗੇ ਸੀ ਆਓ ਜੀ ਦੋਨੇ ਟੀਮਾਂ ਭਾਗੀ ਬਾਂਦਰ ਕਿਹੜੇ ਪਾਸੇ ਆ ਜੀ ਸਟੇਜ ਵਾਲੇ ਪਾਸੇ ਤੇ ਰੋਡ ਵਾਲੇ ਪਾਸੇ ਟੀਮ ਜਿਹੜੀ ਆ ਗਈ ਹੈ ਨਾਨਕਪੁਰੇ ਦੀ ਲਓ ਮੈਚ ਦੀ ਸ਼ੁਰੂਆਤ ਤੇ ਪਹਿਲੀ ਕਬੱਡੀ ਪਾਉਣ ਲਈ ਹੈਪੀ ਪੁੱਚੋ ਪਿੰਡ ਵਾਲਾ ਵਾਧਾ ਅੱਜ ਨਾਨਕਪੁਰ ਦਾ ਪੁੱਤ ਬਣ ਕੇ ਖੇਡਦਾ ਲਓ ਹੈਪੀ ਪੁੱਚੋ ਪਿੰਡ ਵਾਲਾ ਤੇ ਉਧਰਲੇ ਪਾਸੇ ਤਿੰਨ ਜਾਫੀ ਹੈ ਹੁਣ ਤਿੰਨਾਂ ਜਾਫੀਆਂ ਵਿੱਚੋਂ ਵੇਖਾਂਗੇ ਵੀ ਕਿਹੜਾ ਠੱਲ ਪਾਉਂਦਾ ਇਹਦੇ ਪਰ ਡਬਲ ਟੱਚ ਤੇ ਪੁਆਇੰਟ ਧਾਵੀ ਦਾ ਜੈਤੋ ਵਾਲੇ ਦਾ ਇਸ਼ਾਰਾ ਪੁਆਇੰਟ ਨਾਨਕਪੁਰੇ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਚੱਲ ਵੀ ਪਾ ਵੀ ਅਗਲੀ ਕਬੱਡੀ ਇਧਰਲੇ ਪਾਸੇ ਧਾਵੀ ਮੈਦਾਨ ਦੇ ਵਿੱਚ ਵੇਖਾਂਗੇ ਵੀ ਅਗਲੀ ਕਬੱਡੀ ਪਾਉਣ ਲਈ ਭਾਗੀ ਬਾਂਦਰ ਵਾਲਾ ਵਾਧਾ ਇੱਕ ਕੰਨੀ ਤੇ ਵੇਖਾਂਗੇ ਗੋਬਿੰਦਪੁਰੇ ਵਾਲਾ ਬਬਲੂ ਹੈ ਮੈਦਾਨ ਦੇ ਡਬਲ ਟੱਚ ਤੇ ਪੁਆਇੰਟ ਧਾਵੀ ਦਾ ਪੁਆਇੰਟ ਵੇਖਾਂਗੇ ਵੀ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਇਧਰਲੇ ਪਾਸੇ ਵੇਖਾਂਗੇ ਵੀ ਧਾਵੀ ਮੈਦਾਨ ਦੇ ਵਿੱਚ ਹੈਪੀ ਭੁੱਚੋ ਵਾਲਾ ਕਬੱਡੀ ਪਾਉਣ ਲਈ ਵਾਧਾ ਇੱਕ ਕਟਾਲੇ ਬੇਲਟ ਵਾਲਾ ਵੀ ਕਹਿੰਦੇ ਦੁਨੀਆਂ ਦਾ ਪ੍ਰਸਿੱਧ ਹੈ ਦੁਨੀਆਂ ਜਾਣਦੀ ਆ ਤੇ ਉਧਰਲੇ ਪਾਸੇ ਹੈਪੀ ਡੱਕਿਆ ਜਾ ਚੁੱਕਿਆ ਭੁੱਚੋ ਵਾਲਾ ਤੇ ਪੁਆਇੰਟ ਜਿਹੜਾ ਜਾਫੀ ਦਾ ਪੁਆਇੰਟ ਭਾਗੀ ਬਾਂਦਰ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਇੱਕ ਬਾਈ ਬਿੱਲੇ ਜਿਹੜੇ
ਨੰਬਰਾਂ ਵਾਲੇ ਵੀਰਾ ਉਹ ਕ੍ਰਿਕਟ ਟੀਮ ਦੇ ਮੈਂਬਰਾਂ ਉਹਨਾਂ ਦਾ ਧੰਨਵਾਦ ਜ਼ਰੂਰ ਕਰ ਦਿਆ ਕਰਾਂ ਕ੍ਰਿਕਟ ਟੀਮ ਦੇ ਮੈਂਬਰਾਂ ਜਿਹੜੇ ਨੰਬਰਾਂ ਦੀ ਸੇਵਾ ਕੱਲ੍ਹ ਤੋਂ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਲਓ ਇਧਰਲੇ ਪਾਸੇ ਹਰਜਿੰਦਰ ਨੇ ਮੈਦਾਨ ਦੇ ਵਿੱਚ ਫੜਿਆ ਗੁੱਟ ਤੇ ਕਹਿੰਦਾ ਪੁੱਤ ਹੁਣ ਛੁੱਟ ਜਿਵੇਂ ਕਿਰਪਾਲੇ ਸਾਹ ਦੇ ਵਾਂਗ ਭੁੰਦਰ ਵਾਲੇ ਕੀਪੇ ਦੇ ਵਾਂਗ ਸਾਫੂ ਵਾਲੀਏ ਲੱਖੇ ਦੇ ਵਾਂਗ ਮਾਰ ਦੋ ਤਾੜੀਆਂ ਦੇ ਪੁਆਇੰਟ ਵੇਖਾਂਗੇ ਵੀ ਧਾਵੀ ਦਾ ਜਾਫੀ ਦਾ ਇਹ ਤਾਂ ਗੱਲਾਂ ਸਮੇਂ ਦੀਆਂ ਤੇ ਕਬੱਡੀ ਤੀਆਂ ਕੁ ਸਕੈਂਟਾਂ ਦੀ ਤੇ ਹਰਜਿੰਦਰ ਨੇ ਪੁਆਇੰਟ ਪੁਆਇੰਟ ਇੱਕ ਵਾਰੀ ਤਾੜੀਆਂ ਮਾਰ ਦੋ ਜੇ ਹਰਜਿੰਦਰ ਦਾ ਜਾਫਾ ਵਧੀਆ ਲੱਗਾ ਗੁੱਟ ਤੋਂ ਫੜਾਇਆ ਤਾਂ ਕਿ ਵਧੀਆ ਜਾਫਾ ਤੇ ਆਪਦੀ ਟੀਮ ਲਈ ਪੁਆਇੰਟ ਦਾ ਵਾਧਾ ਕੀਤਾ ਚੱਲ ਵੀ ਭੁੱਚੋ ਵਾਲਿਆ ਪਾ ਵੀ ਅਗਲੀ ਕਬੱਡੀ ਲੋ ਹੈਪੀ ਵੇਖਾਂਗੇ ਮੈਦਾਨ ਦੇ ਵਿੱਚ ਉਧਰ ਬਾਈ ਜਗਵੀਰੇ ਦੇ ਵੱਲੋਂ ਇੱਕ 100 ਰੁਪਈਆ ਹਰਜਿੰਦਰ ਦੇ ਲਈ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਲੋ ਹੈਪੀ ਭੁੱਚੋ ਵਾਲਾ ਆਪਦੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਚੱਲ ਵੀ ਹਰਮਨ ਪਾ ਵੀ ਅਗਲੀ ਕਬੱਡੀ ਉਹਦੇ ਪਾਸੇ ਵੇਖਾਂਗੇ ਵੀ ਹਰਪਾਲ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਭਾਗੀ ਬਾਂਦਰਾ ਵਾਲਾ ਵੱਧ ਸਾਡੀ ਬੇਨਤੀ ਮੱਲਾ ਤੇ ਮੌੜ ਕਲਾਂ ਗਰਾਊਂਡ ਦੇ ਲਾਗੇ ਆ ਜਾਣ ਇਧਰਲੇ ਪਾਸੇ ਪਬਲੂ ਵੇਖਾਂਗੇ ਮੈਦਾਨ ਦੇ ਵਿੱਚ ਗੋਬਿੰਦਪੁਰੀਆ ਲਾ ਕੇ ਤਗੜਾ ਜਿਹਾ ਜਾਫਾ ਭਰੀਆਂ ਨੇ ਬਗਲਾਂ ਨੂੰ ਲੱਗਦਾ ਪਿਆ ਜ਼ੋਰ ਬਾਈ ਦਾ ਪੰਪ ਦੇ ਪੁਆਇੰਟ ਪੁਆਇੰਟ ਵੇਖਾਂਗੇ ਵੀ ਧਾਵੀ ਦਾ ਜਾਫੀ ਦਾ ਤੇ ਪੁਆਇੰਟ ਗੋਬਿੰਦਪੁਰੀਆ ਬਬਲੂ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਮੱਲਾ ਤੇ ਮੌੜ ਨਾਮਾ ਮੇਰੇ ਪਹੁੰਚ ਗਈਆਂ ਜਿਹੜੇ ਹਰਜਿੰਦਰ ਨੂੰ ਜੱਫਿਆ ਜਿਹੜਾ ਜੱਫਾ ਲਾਇਆ ਹਰਜਿੰਦਰ ਨੇ ਉਹਨੂੰ ਬੱਗੇ ਮਿਸਤਰੀ ਵੱਲੋਂ 50 ਰੁਪਏ ਦਾ ਇਨਾਮ ਆਇਆ ਟਰਾਲੀ ਤੋਂ ਫੜ ਲਏ ਠੀਕ ਆ ਜੀ ਬੱਗੇ ਮਿਸਤਰੀ ਦੇ ਵੱਲੋਂ ਵੱਡੇ ਮਾਨ ਪੁੱਜਨੇ ਹਰਜਿੰਦਰ ਆਪਦੇ ਪੈਸੇ ਲੈ ਜੀ ਮੇਰੇ ਜਾਂਦਾ ਹੋਇਆ ਇਧਰਲੇ ਪਾਸੇ ਪੁੱਛੋ ਵਾਲਾ ਇੱਕ ਜਿਹੜਾ ਨਾਨਕਪੁਰੇ ਨੇ ਦੁਬਾਰੇ ਮੁੰਡੇ ਨੇ ਜੱਫਾ ਲਾਇਆ ਸੀ ਉਹਨੂੰ ਵੀ 50 ਰੁਪਏ ਬੱਗੇ ਮਿਸਤਰੀ ਵੱਲੋਂ ਠੀਕ ਆ ਜੀ ਬਬਲੂ ਦੇ ਲਈ ਵੀ 50 ਦੇ ਮਾਨ ਪੁੱਜੇ ਨੇ ਗੋਬਿੰਦਪੁਰੀਏ ਦੇ ਲਈ ਇਧਰਲੇ ਪਾਸੇ ਧਾਵੀ ਲੋ ਮੈਦਾਨ ਦੇ ਵਿੱਚ ਭਾਗੀ ਬਾਂਦਰਾ ਵਾਲਾ ਕਬੱਡੀ ਪਾਉਣ ਲਈ ਵੱਧ ਭਾਗੀ ਬਾਂਦਰਾ ਵਾਲੇ ਦੀ ਪਾਈ ਹੈ ਕਬੱਡੀ ਤੇ ਬਬਲੂ ਦਾ ਕਹਿੰਦੇ ਗੋਬਿੰਦਪੁਰਾ ਪਿੰਡ ਹੈ ਲੋ ਮੈਦਾਨ ਦੇ ਵਿੱਚ ਵੇਖਾਂਗੇ ਵੀ ਲੱਗਦਾ ਪਿਆ ਜ਼ੋਰ ਤੇ ਉਧਰਲੇ ਪਾਸੇ ਵੇਖਾਂਗੇ ਵੀ ਦੋਨਾਂ ਖਿਡਾਰੀਆਂ ਦੇ ਵਿਚਕਾਰ ਟੱਕਰ ਜਾਰੀ ਹੈ ਤੇ ਪੁਆਇੰਟ ਜਾਫੀ ਦਾ ਪੁਆਇੰਟ ਬਬਲੂ ਗੋਬਿੰਦਪੁਰੇ ਵਾਲਾ ਨਾਨਕਪੁਰੇ ਦੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਚੱਲ ਵੀ ਭੁੱਚੋ ਵਾਲਿਆ ਪੈ ਵੀ ਅਗਲੀ ਕਬੱਡੀ ਲੋ ਹੈਪੀ ਵੇਖਾਂਗੇ ਵੀ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵੱਧ ਜਿਵੇਂ ਪਹਿਲਾਂ ਦੱਸਿਆ ਵੀ ਕਟਾਲੇ ਬੇਟ ਵਾਲੇ ਨੂੰ ਦੁਰਗਾ ਜਾਣਦੀ ਹੈ ਇਹ ਉਸੇ ਦਾ ਸਰਨਾਮੀਆਂ ਲੋਕ ਕੀਤਾ ਟੱਚ ਆਪਦੀ ਟੀਮ ਲਈ ਭੁੱਚੋ ਵਾਲਾ ਪੁਆਇੰਟ ਦਾ ਵਾਧਾ ਕਰ ਗਿਆ ਮੱਲਾ ਤੇ ਮੌੜ ਕਲਾ ਆ ਗਿਆ ਜੀ ਮੱਲਾ ਤੇ ਮੌੜ ਬਿੱਲੇ ਕੋਲੇ ਹਾਂਜੀ ਹੈਲੋ ਹਾਂਜੀ ਬਾਈ ਜੇ ਭੋਗੜੇ ਪਿੰਡ ਦਾ ਭੂਪਾ ਜੱਫਾ ਲਾਊਗਾ ਤਾਂ ਉਹਨੂੰ ਸੈਮਸੰਗ ਦਾ ਮੋਬਾਈਲ ਦਿੱਤਾ ਜਾਊਗਾ ਜੀ ਸੈਮਸੰਗ ਦਾ ਮੋਬਾਈਲ ਇੱਕ ਵਾਰੀ ਤਾੜੀਆਂ ਮਾਰ ਦੋ ਭੂਪੇ ਦੇ ਨਾਂ ਤੇ ਜਿਹਨੇ ਦੇਣਾ ਉਹਦੇ ਨਾਂ ਤੇ ਉਧਰ ਬਾਈ ਗੁਰਵਿੰਦਰ ਜੋ ਪੁਆਇੰਟਾਂ ਦੀਆਂ ਸਵਾਵਾਂ ਨਿਭਾ ਰਹੇ ਨੇ ਭਾਗੀ ਬਾਂਦਰ ਦੀ ਟੀਮ ਦੇ ਲਈ ਨਾਨਕਪੁਰੀ ਦੀ ਟੀਮ ਦੇ ਲਈ ਵੱਡੇ ਮਾਨ ਸਨਮਾਨ ਪੁੱਜੇ ਨੇ ਇਧਰਲੇ ਪਾਸੇ ਹੈਪੀ ਭੁੱਚੋ ਵਾਲਾ ਆਪਦੀ ਟੀਮ ਲਈ ਪੁਆਇੰਟ ਦਾ ਵਾਧਾ ਕਰ ਗਿਆ ਚੱਲ ਵੀ ਹਰਪਾਲ ਪਾ ਵੀ ਅਗਲੀ ਕਬੱਡੀ ਲੋ ਮੈਦਾਨ ਦੇ ਵਿੱਚ ਹਰਪਾਲ ਵੇਖਾਂਗੇ ਕਬੱਡੀ ਪਾਉਣ ਲਈ ਵਾਧਾ ਹਰਪਾਲ ਦੀ ਪਾਈ ਹੈ ਕਬੱਡੀ ਉਧਰਲੇ ਪਾਸੇ 4 ਜਾਫੀ ਹਰਜਿੰਦਰ ਵਰਗੇ ਭੂਪਿਆ ਸੈਮਸੰਗ ਦਾ ਫੋਨ ਘੁੰਮਦਾ ਫਿਰਦਾ ਇਧਰਲੇ ਪਾਸੇ ਹਰਜਿੰਦਰ ਵੇਖਾਂਗੇ ਮੈਦਾਨ ਦੇ ਵਿੱਚ ਲੋ ਫੜਿਆ ਗੁੱਟ ਕਿ ਪਿੱਥੋਂ ਵਾਲਾ ਸੀਰਾ ਯਾਰ ਉਹ ਬੜਾ ਪਤੰਦਰ ਭੈੜਾ ਇੱਕ ਵਾਰੀ ਜਿਹਦੇ ਪਿੱਛੇ ਪੈ ਜੇ ਮੁੜ ਨਹੀਂ ਛੱਡਦਾ ਖੈੜਾ ਹੈਲੋ ਬਾਈ ਬਿੱਲੇ ਜਿਹੜਾ ਨਾਨਕਪੁਰਾ ਪਿੰਡ ਇਹਨੂੰ ਭੋਗੜੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੀ ਠੀਕ ਆ ਜੀ ਨਾ ਭੋਗੜਾ ਹੀ ਹੈ ਵੈਸੇ ਨਾਨਕਪੁਰਾ ਕਹਿ ਦਿੰਦੇ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਨਾਨਕਪੁਰੇ ਭੋਗੜੇ ਦੀ ਟੀਮ ਖੇਡ ਰਹੀ ਆ ਪਿੰਡ ਦੀ ਟੀਮ ਇਧਰਲੇ ਪਾਸੇ ਧਾਵੀ ਨੂੰ ਮੈਦਾਨ ਦੇ ਵਿੱਚ ਨਾਨਕਪੁਰੀ ਆ ਕਬੱਡੀ ਪਾਉਣ ਲਈ ਵੱਧ ਹੈ ਤੇ ਪਾਈ ਕਬੱਡੀ ਤੇ ਜੈਤੋ ਵਾਲਾ ਵੇਖਾਂਗੇ ਵੀ ਕਿਹਦੇ ਹੱਕ ਦੇ ਵਿੱਚ ਬਸਲਾ ਮਾਰੇਗਾ ਏਦਾਂ ਗੱਲਾਂ ਸਮੇਂ ਦੀਆਂ ਕਬੱਡੀ ਤੀਆਂ ਕੁ ਸਕੈਂਟਾਂ ਦੀ ਤੇ ਪੁਆਇੰਟ ਜਾਫੀ ਦਾ ਤੇ ਪੁਆਇੰਟ ਜੈਤੋ ਵਾਲੇ ਦਾ ਇਸ਼ਾਰਾ ਵੀ ਪੁਆਇੰਟ ਜਾਫੀ ਦੇ ਹੱਕ ਦੇ ਵਿੱਚ ਹਾਂਜੀ 75 ਕਿਲੋ ਟੀਮਾਂ ਐਂਟਰੀ ਕਰਾਉਣ ਬਾਈ ਜਿਹੜੀਆਂ ਫਿਰਦੀਆਂ ਆਸੇ ਪਾਸੇ 75 ਕਿਲੋ ਵਰਗ ਭਾਰ ਦੀਆਂ ਵੀਰੇ ਬੇਨਤੀ ਆ ਸਿਰਫ ਅਸੀਂ 10 ਮਿੰਟ ਟੀਮਾਂ ਐਂਟਰ ਕਰਨੀਆਂ 75 ਦੀਆਂ ਜੇ 10 ਮਿੰਟਾਂ ਦੇ ਟੀਮਾਂ ਐਂਟਰ ਹੋਊਗੀਆਂ ਤਾਂ ਠੀਕ ਹੈ ਨਹੀਂ ਅਸੀਂ ਟੀਮਾਂ ਵੀਰੇ ਐਂਟਰ ਨਹੀਂ ਕਰਾਂਗੇ ਕਿਉਂਕਿ ਅਸੀਂ ਕਬੱਡੀ ਓਪਨ ਦੇ ਮੈਚ ਕਰਾਉਣੇ ਆ ਕਬੱਡੀ ਓਪਨ ਦੇ ਵੀ ਬਹੁਤ ਸੈੱਟ ਪੁੱਜਣੇ ਆ ਇਧਰਲੇ ਪਾਸੇ ਲਵੀ ਲੋ ਮੈਦਾਨ ਦੇ ਵਿੱਚ ਫੜਿਆ ਗੱਟਾ ਲੋ ਲੱਗਦਾ ਪਿਆ ਜ਼ੋਰ ਤੇ ਵੱਜਦਾ ਪੰਪ ਤੇ ਪੁਆਇੰਟ ਲਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਜੇ ਤਾਂ ਸਵਾਦ ਆਉਂਦਾ ਇੱਕ ਵਾਰੀ ਪਿੰਡ ਦੀ ਟੀਮ ਦੇ ਨਾਂ ਤੇ ਤਾੜੀਆਂ ਮਾਰ ਦੋ ਬੜਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਟੀਮ ਲਵੀ ਵਰਗੇ
ਭੂਪੇ ਵਰਗੇ ਹਰਵਿੰਦਰ ਵਰਗੇ ਬੜਾ ਵਧੀਆ ਪ੍ਰਦਰਸ਼ਨ ਕਰ ਰਹੇ ਨੇ। ਵੇਦਰਲੇ ਪਾਸੇ ਵੇਖਾਂਗੇ ਵੀ ਹੈਪੀ ਪੱਚੋਵਾਲ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਾਧਾ ਹੈ ਪਾਈ ਹੋਈ ਕਬੱਡੀ ਦੀ। ਉਧਰਲੇ ਪਾਸੇ ਜਾਫੀ ਨੂੰ ਕੀਤਾ ਟੱਚ ਤੇ ਹੈਪੀ ਨੇ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕੀਤਾ। ਸਾਡੀ ਬੇਨਤੀ ਹੈ ਕਿਹੜੀ ਟੀਮ ਆਈ ਹੈ ਵੀਰੇ ਮੌੜ ਕਲਾਂ? ਹਾਂਜੀ ਜਗਵੀਰੇ ਕੋਲੋਂ, ਜਗਵੀਰੇ ਵੱਲੋਂ ਹਰਜਿੰਦਰ ਨੂੰ 100 ਰੁਪਏ ਦਾ ਵਿਸ਼ੇਸ਼ ਇਨਾਮ ਆਇਆ ਟਰਾਲੀ ਕੋਲੋਂ ਫੜ ਲਿਆ। ਬਹੁਤ ਬਹੁਤ ਧੰਨਵਾਦ ਸਾਡੇ ਵੀਰ ਜਗਵੀਰ ਦੇ ਵੱਲੋਂ, ਇਹਨਾਂ ਪਲੇਅਰਾਂ ਦੇ ਮਾਣ ਕੀਤੇ ਜਾ ਰਹੇ ਨੇ, ਬਹੁਤ ਬਹੁਤ ਧੰਨਵਾਦ ਕਰਾਂਗੇ। ਇਧਰਲੇ ਪਾਸੇ ਪਾਈ ਹੈ ਕਬੱਡੀ ਤੇ ਲੋ ਜਾਫੀ ਮੈਦਾਨ ਦੇ ਵਿੱਚ ਵੇਖਾਂਗੇ ਬਬਲੂ ਗੋਬਿੰਦਪੁਰੇ ਵਾਲਾ ਆ ਕੇ ਤਕੜਾ ਜਾਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰ ਗਿਆ। ਮੌੜ ਕਲਾਂ ਤੇ ਮੱਲਾ ਆ ਗਈਆਂ ਦੋਨੇ ਮੌੜਕਲਾਂ ਆ ਗਈ ਆ। ਮੌੜਕਲਾਂ ਦੱਸੇ ਵੀਰੇ ਮਨੂ ਮਾੜਾ ਟਰਾਲੀ ਕੋਲੇ ਆਈ ਯਾਰ, ਮੱਲੇ ਦੀ ਟੀਮ ਆ ਗਈ ਆ ਤੇ ਮੌੜਕਲਾਂ ਦੱਸੇ ਯਾਰ ਮੌੜਕਲਾਂ ਵੀਰੇ ਬੇਨਤੀ ਆ ਦੋਨੇ ਟੀਮਾਂ ਨੂੰ ਰੇਡਰਾਂ ਉਹਦੇ ਵੇਟਿੰਗ ਬਾਕਸ ਦੇ ਵਿੱਚ ਚੈੱਕ ਕਰਨੇ। ਅਸੀਂ ਪਹਿਲਾਂ ਆਵਾਜ਼ਾਂ ਦੇ ਹੀ ਆਉਂਦੇ ਹਾਂ ਟੀਮਾਂ ਨੂੰ ਤੇ ਗਰਾਊਂਡ ਤੇ ਅਸੀਂ ਟੀਮਾਂ ਕੱਟਾਂਗੇ, ਰੇਡਰ ਨੂੰ ਚੈੱਕ ਕਰਦੇ ਨੇਗੇ, ਸਿੱਧਾ ਮੈਚ ਖੜਾਵਾਂਗੇ। ਬੇਨਤੀ ਆ ਵੇਦਲੇ ਪਾਸੇ ਲਵੀ ਲੋ ਮੈਦਾਨ ਦੇ ਵਿੱਚ ਵੇਖਾਂਗੇ ਵੀ ਕਰਦਾ ਟਰਾਈ ਉਹ ਲੱਗਿਆ ਪਿਆ ਜ਼ੋਰ ਦੋਨਾਂ ਖਿਡਾਰੀਆਂ ਦੇ ਵਿਚਕਾਰ ਤੇ ਪੁਆਇੰਟ ਵੇਖਾਂਗੇ ਵੀ ਜਾਫੀ ਦਾ ਧਾਵੀ ਦਾ ਇਹ ਤਾਂ ਗੱਲਾਂ ਸਮਝਣੀਆਂ। ਲਓ ਲਵੀ ਭੋਖੜੇ ਵਾਲਾ ਨਾਨਕਪੁਰੀਆ ਲਓ ਮੈਦਾਨ ਦੇ ਵਿੱਚ ਵੇਖਾਂਗੇ ਵੀ ਕਰਦਾ ਟਰਾਈ ਤੇ ਪੁਆਇੰਟ ਪੁਆਇੰਟ ਵੇਖਾਂਗੇ ਵੀ ਜਾਫੀ ਦਾ ਨਾਨਕਪੁਰੇ ਦੀ ਟੀਮ ਦਾ। ਚੱਲ ਵੀ ਪਾ ਵੀ ਅਗਲੀ ਕਬੱਡੀ ਚੱਲ ਵੀ ਕਾਲੂ ਪਾ ਵੀ ਅਗਲੀ ਕਬੱਡੀ ਲੋ ਕਾਲੂ ਦੀ ਪਾਈ ਹੈ ਕਬੱਡੀ ਤੇ ਜਾਫੀ ਲੋ ਮੈਦਾਨ ਦੇ ਵਿੱਚ ਵੇਖਾਂਗੇ ਵੀ ਕਰਦਾ ਟਰਾਈ। ਉਧਰਲੇ ਪਾਸੇ ਵੇਖਾਂਗੇ ਵੀ ਵੱਧ ਗਈ ਹੈ ਕੈਂਚੀ ਦੇ ਲੱਗਦਾ ਪਿਆ ਜ਼ੋਰ ਕਬੱਡੀ ਦਿੱਤੀ ਹੈ ਗੁਸਕੈਟਾਂ ਦੀ ਉਹ ਖਿੱਚ ਕਾਲੂ ਤੇ ਪੁਆਇੰਟ ਆਪਦੀ ਟੀਮ ਦੇ ਹਿੱਸੇ ਵਿੱਚ ਜੋੜਦਾ ਜਾਂ ਨਹੀਂ ਇਹ ਤਾਂ ਗੱਲਾਂ ਸਮਝਦੀਆਂ। ਵੇਖਾਂਗੇ ਲੱਗਿਆ ਪਿਆ ਜ਼ੋਰ ਤੇ ਕਾਲੂ ਪੁਆਇੰਟ ਜਾਫੀ ਦਾ ਪੁਆਇੰਟ ਭਾਗੀ ਵਾਂਦਰ ਦੀ ਟੀਮ ਦਾ। ਮੌੜ ਕਲਾਂ ਤੇ ਮੱਲੇ ਦੀਆਂ ਟੀਮਾਂ ਬੇਨਤੀ ਆ ਗਰਾਊਂਡ ਦੇ ਲਾਗੇ ਆ ਜਾਣ। ਉਧਰਲੇ ਪਾਸੇ ਜਾਫੀ ਦੇ ਮੈਦਾਨ ਦੇ ਵਿੱਚ ਭੂਪਾ ਆ ਪੱਪੂ ਮਿਸਤਰੀ ਵੱਲੋਂ ਭੋਖੜੇ ਦੀ ਟੀਮ ਨੂੰ 200 ਰੁਪਏ ਦਾ ਨਾਮ ਆਇਆ ਜੀ ਪੱਪੂ ਮਿਸਤਰੀ ਵੱਲੋਂ। ਆ ਕਿਹਨੇ ਸੈਮਸੰਗ ਬੁਲਾਇਆ ਸੀ ਭੂਪੇ ਨੇ ਜੱਫਾ ਲਾਤਾ ਵਾ। ਹੈਲੋ ਆ ਭੂਪਾ ਬਾਈ ਟਰਾਲੀ ਚੋਂ ਆਉਂਦਾ ਫੋਨ ਫੜ ਕੇ ਲਏ ਜਦੋਂ ਮੈਚ ਖਤਮ ਹੋ ਗਿਆ ਸੈਮਸੰਗ ਦਾ। ਉਧਰ ਡਾਕਟਰ ਵੀਰ ਸਿੰਘ ਵੱਲੋਂ ਭੂਪੇ ਦੇ ਲਈ ਮਾਣ ਪੁੱਜਣ ਮੇਰੇ ਪੈਸੇ ਲੈ ਜਾਓ ਨਾਨਕਪੁਰ ਕੋਲ ਆਪਦੇ ਆ ਨੰਬਰ ਦਾ। ਹੈਲੋ ਆ ਜੇਤੂ ਟੀਮ ਕਿਹੜੀ ਹੈ ਵੀਰੇ? ਨਾਨਕਪੁਰ ਆ ਜੀ। ਮੱਲਾ ਤੇ ਮੌੜ ਆ ਜਾਓ ਪੈਸੇ ਲੈ ਜਾਓ ਹਰਜਿੰਦਰ ਆਪਦੇ ਆਪਦੇ ਪੈਸੇ ਲੈ ਜਾਓ ਬਾਈ ਭੂਪੇ ਹਰਜਿੰਦਰ ਪੈਸੇ ਲੈ ਜਾਓ। ਸਾਡੀ ਬੇਨਤੀ ਆ ਮੌੜ ਕਲਾਂ ਤੇ ਮੱਲੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜਲਦੀ। ਮੱਲਾ ਵਰਸਜ ਮੌੜ ਕਲਾਂ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਵੀਰ ਜੋ ਪੁਆਇੰਟਾਂ ਦੀਆਂ ਸਵਾਵਾਂ ਨਿਭਾ ਰਹੇ ਨੇ ਗੁਰਵਿੰਦਰ ਉਹਦੇ ਵੱਲੋਂ ਭਾਗੀ ਵਾਂਦਰ ਦੀ ਟੀਮ ਦੇ ਲਈ ਵੱਡੇ ਮਾਣ ਪੁੱਜੇ ਨੇ ਬਹੁਤ ਬਹੁਤ ਧੰਨਵਾਦ। ਆਓ ਮੌੜ ਕਲਾਂ ਤੇ ਮੱਲੇ ਦੀਆਂ ਟੀਮਾਂ ਤੀਜੇ ਰਾਊਂਡ ਦਾ ਬੰਦ ਨਾ ਮੈਂ
ਆ ਭੋਖੜੀ ਟੀਮ ਦਾ ਕੋਈ ਪਲੇਅਰ ਆ ਵੀ ਆ ਕੇ ਆਪਣਾ ਨਾਮ ਲੈ ਜੇ ਜੀ, ਇੱਥੋਂ ਸਟੇਜ ਤੋਂ ਨਾਮ ਲੈ ਜੇ। ਉਹ ਪੁੱਪੇ ਨਾਮ ਲੈ ਜਾਓ ਯਾਰ। ਹੈਲੋ ਕਾਕਾ ਸਿੰਘ ਜੀ, ਸਨ ਆਫ ਭਰਪੂਰ ਸਿੰਘ ਰੈੱਡ ਬਸਤੀ 'ਚ ਰਹਿੰਦੇ, ਉਹਨਾਂ ਵੱਲੋਂ 100 ਰੁਪਇਆ ਲੰਗਰ ਵਾਸਤੇ ਆਇਆ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਦਾਨੀ ਸੱਜਣਾ ਦਾ ਜਿਹੜੇ ਲੰਗਰ ਦੀ ਸੇਵਾ ਦੇ ਵਿੱਚ ਆਪਣੀ ਸੇਵਾ ਕਰ ਰਹੇ ਨੇ। 100 ਰੁਪਏ ਦਾ ਨਾਮ ਲੰਗਰ ਵਾਸਤੇ। ਹੈਲੋ 75 ਕਿਲੋ ਦੀਆਂ ਟੀਮਾਂ ਬਾਈ ਜੀ ਐਂਟਰ ਹੋ ਜਾਓ, ਜਿੰਨੀਆਂ ਵੀ ਆਸੇ ਪਾਸੇ ਫਿਰਦੀਆਂ 75 ਕਿਲੋ 75 ਕਿਲੋ ਵਰਗ ਦੀਆਂ ਜਿੰਨੀਆਂ ਵੀ ਟੀਮਾਂ ਫਿਰਦੀਆਂ ਆਸੇ ਪਾਸੇ ਐਂਟਰ ਹੋ ਜਾਓ ਵੀਰ। ਹੈਲੋ ਹੈਲੋ ਆਹ ਤੀਜੇ ਰਾਊਂਡ ਦਾ ਪਹਿਲਾ ਮੈਚ ਜੀ, ਧੂਰਕੋਟ ਵਰਸਿਜ਼ ਮਿਰਾਜ, 62 ਕਿਲੋ ਦਾ ਭੋਖੜੇ ਨੂੰ ਬਾਈ ਹੈ, ਨਹੀਂ ਵਾਲੇ ਨੂੰ ਬਾਈ ਦੇ ਮੱਲ ਤੇ ਮੋੜਕਲਾ ਚੋਂ ਬਾਈ ਹੈ, ਇਹਨਾਂ ਤਿੰਨਾਂ ਟੀਮਾਂ ਨੂੰ ਬਾਈ ਹੈ। ਧੂਰਕੋਟ ਤੇ ਮਹਾਰਾਜ ਦਾ ਪਹਿਲਾ ਮੈਚ ਹੈ ਤੀਜੇ ਰਾਊਂਡ ਦਾ। ਆਓ ਜੀ ਮੱਲਾ ਤੇ ਮੋੜਕਲਾ ਵੀਰੇ ਗਰਾਊਂਡ ਦੇ ਵਿੱਚ ਲਿਸਟ ਪਹੁੰਚਦੀ ਕਰ ਦਿਓ, ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਥੇ ਲਿਖ ਮੜਾ ਗੁਰਮੇਲ ਸਿੰਘ, ਸਨ ਆਫ ਟਹਿਲ ਸਿੰਘ। ਬਾਈ ਗੁਰਮੇਲ ਜਿੱਥੇ ਵੀ ਆਵਾਜ਼ ਸੁਣਦਾ ਉਹ ਐਂਟਰੀ ਵਾਲੀ ਟਰਾਲੀ ਕੋਲੇ ਰਿਪੋਰਟ ਕਰੇ। ਆਓ ਜੀ ਦੋਨੇ ਟੀਮਾਂ, ਜਿਹੜੀ ਮੌੜ ਦੀ ਟੀਮ ਆ ਗਈ ਹੈ ਮੌੜਕਲਾ ਉਹ ਸਟੇਜ ਵਾਲੇ ਪਾਸੇ, ਤੇ ਸੜਕ ਵਾਲੇ ਪਾਸੇ ਟੀਮ ਆ ਗਈ ਹੈ ਮੱਲੇ ਦੀ। ਲਓ ਮੈਚ ਦੀ ਸ਼ੁਰੂਆਤ ਹੈ ਤੇ ਪਹਿਲੀ ਕਬੱਡੀ ਪਾਉਣ ਲਈ ਧਾਵੀ ਮੈਦਾਨ ਦੇ ਵਿੱਚ ਗੁਰਲਾਲ ਦੋਦੇ ਪਿੰਡ ਵਾਲਾ ਵੱਧ ਹੈ। ਗੁਰਲਾਲ ਦਾ ਕਹਿੰਦੇ ਦੋਦਾ ਪਿੰਡ ਹੈ, ਇੱਕ ਘਨੌਰ ਵਾਲਾ ਕਹਿੰਦੇ ਦੁਰਗਾ ਭਾਰਤ ਵਿੱਚ ਪ੍ਰਸਿੱਧ ਹੈ, ਤੇ ਜਲਾਲਪੁਰ ਨੂੰ ਕਹਿੰਦੇ ਦੁਰਗਾ ਜਾਣਦੀ ਹੈ। ਆਹ ਵੇਖਾਂਗੇ ਸੰਦੀਪ ਦੇ ਪਿੰਡ ਦਾ। ਲੋ ਗੁਰਲਾਲ ਦੋਦੇ ਵਾਲਾ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਲਈ ਵੱਧ ਹੈ ਕਿ 20ਵਾਂ ਲੰਘਿਆ 21ਵਾਂ ਸਾਲ ਚੜਿਆ, ਕਦ ਕਾਠਵੀ ਮੁੰਡੇ ਨੇ ਕਵਾੜ ਕਰਿਆ ਕਿ ਚੜ ਗਈ ਜਵਾਨੀ ਅਥਰੀ ਦੀ ਜੜ ਤੇ, ਕਿ ਪੌਦਾ ਕਬੱਡੀ ਸਾਪੀ ਮਾਰ ਪੜਤੀ। ਪੁਆਇੰਟ ਦੋਦੇ ਵਾਲੇ ਗੁਰਲਾਲ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਹਾਂਜੀ ਹੈਲੋ ਬਿੱਲੇ, ਆਹ ਧੂਰਕੋਟ ਤੇ ਮਹਾਰਾਜ ਦਾ ਪਹਿਲਾ ਮੈਚ ਆ ਤੀਜੇ ਰਾਊਂਡ ਦਾ, ਤੇ ਦੂਜੀਆਂ ਟੀਮਾਂ ਨੂੰ ਬਾਈ ਹੈ। ਠੀਕ ਆ ਜੀ, ਧੂਰਕੋਟ ਤੇ ਮਹਾਰਾਜ ਆਪਦੀ ਤਿਆਰੀ ਕਰਕੇ ਗਰਾਊਂਡ ਤੇ ਲੱਗ ਗਏ ਆ ਜਾਣ, ਮੇਰੇ ਬੇਨਤੀ ਆ। ਹਾਂਜੀ ਹਾਂਜੀ, ਧੂਰਕੋਟ ਦੀ ਟੀਮ ਨੂੰ ਪਹਿਲਾਂ 22 ਤੇ ਮਹਾਰਾਜ ਨਾਲ ਮੈਚ ਖੇਡਿਆ ਜਾਣਾ, ਤੇ ਉਹਨਾਂ ਨੂੰ ਬੇਨਤੀ ਆ ਗਰਾਊਂਡ ਤੇ ਲੱਗ ਗਏ ਆ ਜਾਣ, ਇਸ ਤੋਂ ਅਗਲਾ ਮੈਚ ਉਹਨਾਂ ਦਾ ਵਾ। ਚੱਲਦੇ ਮੈਚ ਦਾ ਸਮਾਂ ਧੂਰਕੋਟ ਤੇ ਮਹਾਰਾਜ ਦੀਆਂ ਟੀਮਾਂ ਦਾ। ਲਓ ਗੁਰਲਾਲ ਦੋਦੇ ਵਾਲਾ ਉਹਦੀ ਟੀਮ ਲਈ ਪੁਆਇੰਟ ਦਾ ਵਾਧਾ ਕਰ ਗਿਆ। ਚੱਲ ਵੀ ਪਾ ਵੀ ਅਗਲੀ ਕਬੱਡੀ, ਲਓ ਮੈਦਾਨ ਦੇ ਵਿੱਚ ਵੇਖਾਂਗੇ ਕਬੱਡੀ ਪਾਉਣ ਲਈ ਲੱਖਾ ਮਾਉੜ ਕਲਾਂ ਵਾਲਾ ਵੱਧ ਹੈ। ਲੱਖੇ ਦਾ ਕਹਿੰਦੇ ਮਾਉੜ ਕਲਾਂ ਪਿੰਡ ਹੈ, ਇੱਕ ਲੱਖਾ ਕਹਿੰਦੇ ਮੀਨੀਏ ਵਾਲਾ ਪ੍ਰਸਿੱਧ ਹੈ ਧਰਮ ਕੋਟੀਆ, ਤੇ ਮਾਲੇ ਵਾਲਾ ਵੀ ਕਹਿੰਦੇ ਦੁਰਗਾ ਦਾ ਸਟਾਰ ਹੈ, ਲੰਡਿਆ ਵਾਲੇ ਨੂੰ ਦੁਰਗਾ ਜਾਣਦੀ ਹੈ, ਤੇ ਗਾਜੀਪੁਰਗੇ ਦੀ ਕਹਿੰਦੇ ਦੁਰਗਾ ਫੈਨ ਹੈ। ਆਹ ਜਾਫੀ ਦਾ ਪਿੰਡ ਵੇਖਾਂਗੇ ਮੈਦਾਨ ਦੇ ਵਿੱਚ ਸਿਮਰਾ। ਲਓ ਮੈਦਾਨ ਦੇ ਵਿੱਚ ਹਮੀਰਗੜ੍ਹ ਪਿੰਡ ਹੈ ਜਾਫੀ ਦਾ, ਤੇ ਪਿਆਰ ਦੇ ਨਾਲ ਕਹਿੰਦੇ ਸਿਮਰਾ ਕਹਿੰਦੇ ਆ। ਲੋ ਹਮੀਰਗੜੀਆ ਸਿਮਰਾ, ਤੇ ਦੂਸਰੇ ਪਾਸੇ ਲੱਖਾਂ ਲੱਖਾਂ ਮੌੜ ਕਲਾਂ ਵਾਲਾ, ਲੋ ਲੱਗਦਾ ਪਿਆ ਜ਼ੋਰ ਤੇ ਪੁਆਇੰਟ ਜਾਫੀ ਦਾ। ਹਮੀਰਗੜੀਆ ਸਿਮਰਾ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰ ਗਿਆ। ਹਾਂ ਵੀਰੇ, ਲੱਖੇ ਜਿੱਥੇ ਵੀ ਆਵਾਜ਼ ਸੁਣਦਾ ਐਂਟਰੀ ਵਾਲੀ ਟਰਾਲੀ ਕੋਲੇ ਪਹੁੰਚੇ ਲੱਖਾਂ। ਚੱਲ ਵੀ ਪਾਈ ਅਗਲੀ ਕਬੱਡੀ, ਲੋ ਗੁਰਲਾਲ ਦੋਤੇ ਵਾਲਾ ਮੈਦਾਨ ਚ ਕਬੱਡੀ ਪਾਉਲੇ ਵੱਧ ਹੈ।
ਜਿੱਥੋਂ ਦਾ ਸੰਦੀਪ ਵੀ ਕਹਿੰਦੇ ਅੱਜ ਪੁੱਜੂਗਾ ਘੋੜਾ ਵੀ ਪੁੱਜੂਗਾ ਲਵਲੀ ਬੋਤਲ ਵਰਗਿਆਂ ਦੀ ਦੁਨੀਆ ਫੈਨ ਹੈ ਹੈਲੋ ਹੈਲੋ ਅੰਦਰ ਕੋਈ ਵੀ ਕੁਰਸੀ ਨਾ ਲਾਓ ਬਾਹਰ ਲਾਓ ਜਾਲ ਦੇ ਬਾਹਰ ਕੁਰਸੀਆਂ ਲਾਓ ਦਰਸ਼ਕਾਂ ਵਾਸਤੇ ਉਧਰਲੇ ਪਾਸੇ ਗੁਰਲਾਲ ਦੋਤੇ ਵਾਲਾ ਤੇ ਗੁਰਪ੍ਰੀਤ ਦਾ ਕਹਿੰਦੇ ਕੁੱਤੀ ਵਾਲ ਪਿੰਡ ਹੈ ਗੁਰਪ੍ਰੀਤ ਵੇਖਾਂਗੇ ਮੈਦਾਨ ਤੇ ਟਰਾਈ ਕਰਦਾ ਤੇ ਪਰ ਗੁਰਲਾਲ ਕਹਿੰਦੇ ਸ਼ਾਰਪ ਬ੍ਰੇਨ ਧਾਵੀ ਆ ਤੇ ਆਪਦੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਜੋ ਇਧਰਲੇ ਪਾਸੇ ਵੇਖਾਂਗੇ ਵੀ ਬੱਗਾ ਭੈਣੀ ਬਾਗੇ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਤੇ ਉਧਰਲੇ ਪਾਸੇ ਮੈਦਾਨ ਦੇ ਵਿੱਚ ਜਾਫੀ ਕਰਦਾ ਟਰਾਈ ਤੇ ਪਰ ਪੁਆਇੰਟ ਧਾਵੀ ਦਾ ਪੁਆਇੰਟ ਬੱਗਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਬੇਨਤੀ ਆ ਧੂੜਕੋਟ ਤੇ ਮਹਿਰਾਜ ਦੀਆਂ ਟੀਮਾਂ ਹਾਂ ਬਾਈ ਜਿੰਨੇ ਵੀ ਵਹੀਕਲ ਆ ਜਾਲ ਦੇ ਨਾਲ ਖੜੇ ਨੇ ਥੋੜੇ ਥੋੜੇ ਪਿੱਛੇ ਕਰ ਲਓ ਬਾਈ ਕੁਰਸੀਆਂ ਲਾ ਦੇਵਾਂਗੇ ਬੈਠਣ ਨੂੰ ਆਰਾਮ ਨਾਲ ਬਹਿ ਜਾਓਗੇ ਤੁਸੀਂ ਥੋੜੇ ਥੋੜੇ ਪਿੱਛੇ ਕਰ ਲਓ ਬਾਈ ਸਾਰੇ ਵਹੀਕਲ ਹੈਲੋ ਆ ਇੱਕ 100 ਰੁਪਏ ਦਾ ਹੋਰ ਮਾਣ ਆਇਆ ਵੀ ਲੰਗਰ ਕਮੇਟੀ ਵਾਸਤੇ 100 ਰੁਪਏ ਦਾ ਭੋਲਾ ਘੈਂਟ ਉਹਨਾਂ ਵੱਲੋਂ ਲੰਗਰ ਵਾਸਤੇ 100 ਰੁਪਏ ਦਾ ਯੋਗਦਾਨ ਆ ਬਹੁਤ ਬਹੁਤ ਧੰਨਵਾਦ ਜੀ ਪੁਆਇੰਟ ਵੇਖਾਂਗੇ ਵੀ ਤਾਰੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਿਆ ਮੱਲੇ ਵਾਲੇ ਤਾਰੇ ਨੇ ਇਧਰਲੇ ਪਾਸੇ ਕਬੱਡੀ ਪਾਉਂਦੇ ਮੈਦਾਨ ਦੇ ਵਿੱਚ ਬੱਗਾ ਭੈਣੀ ਬਾਗੇ ਵਾਲਾ ਵੱਧ ਮਾਨਸੇ ਦੇ ਲਾਗੇ ਕਰਕੇ ਪਿੰਡ ਉਧਰਲੇ ਪਾਸੇ ਜਾਫੀ ਲੋ ਮੈਦਾਨ ਦੇ ਵਿੱਚ ਮੱਲੇ ਵਾਲੇ ਨੇ ਭਰੀ ਹੈ ਖੁੱਚ ਕਿ ਜੇ ਤੂੰ ਪਟਣੀ ਹੈ ਖੁੱਚ ਜਾ ਕੇ ਧਰਮੇ ਨੂੰ ਪੁੱਛ ਸੈਦੋ ਵਾਲੇ ਨਾਲ ਲਿਆ ਦੋ ਸਾਡੀ ਪੂਰੀ ਸਰਦਰਾ ਬਠਿੰਡੇ ਵਾਲੇ ਨੇੜੇ ਨਵੀਂ ਦਾਣਾ ਮੰਡੀ ਸਾਹਮਣੇ ਪੈਟਰੋਲ ਪੰਪ ਗੋਨੇਣਾ ਮੰਡੀ ਬਾਈ ਦਾ ਢਾਬਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਪਲੇਅਰਾਂ ਦੇ ਮਾਣ ਸਨਮਾਨ ਕਰ ਰਹੇ ਨੇ ਆਪਾਂ ਬਹੁਤ ਬਹੁਤ ਧੰਨਵਾਦ ਕਰਾਂਗੇ ਬੇਨਤੀ ਹੈ ਮਹਾਰਾਜ ਦੇ ਧੂੜਕੜ ਗਰਾਊਂਡ ਦੇ ਲਾਗੇ ਆ ਜਾਣ ਹੈਲੋ ਹੈਲੋ ਆ ਵੀਰ ਜੀ ਆ ਜਿਹੜੀਆਂ ਕੁਰਸੀਆਂ ਟਰਾਲੀ 'ਚ ਲੱਗੀਆਂ ਨੇ ਇਹ ਆਪਾਂ ਸਟੇਜ ਦੇ ਖੱਬੇ ਹੱਥ ਜਿਹੜਾ ਬੈਠਣ ਵਾਸਤੇ ਬਣਿਆ ਉਹਦੇ ਵਿੱਚ ਲਾਉਣੀਆਂ ਉੱਥੋਂ ਜਿਹੜੀਆਂ ਪਲਾਸਟਿਕ ਵਾਲੀਆਂ ਕੁਰਸੀਆਂ ਉਹ ਦਰਸ਼ਕਾਂ ਵਾਸਤੇ ਲਾ ਦਿਓ ਆਪਣੇ ਮਹਿਮਾਨਾਂ ਵਾਸਤੇ ਕੁਰਸੀਆਂ ਦੂਜੀਆਂ ਲਾ ਦਿਓ ਆ ਬਾਈ ਜਾਲ ਦੇ ਨਾਲ ਜਿੰਨੇ ਵਹੀਕਲ ਖੜੇ ਥੋੜੇ ਥੋੜੇ ਪਛਾਣ ਕਰ ਲਓ ਯਾਰ ਸੁਣ ਲਓ ਗੱਲ ਵੀਰੇ ਇਧਰਲੇ ਪਾਸੇ ਵੇਖਾਂਗੇ ਵੀ ਹਮੀਰ ਗੜੀਆ ਲਓ ਮੈਦਾਨ ਦੇ ਵਿੱਚ ਸਿਮਰਾ ਤੇ ਉਧਰਲੇ ਪਾਸੇ ਜਾਫੀ ਜਾਫੀ ਤਾਂ ਲੱਗਦਾ ਪਿਆ ਜ਼ੋਰ ਤੇ ਲੱਖਾਂ ਡੱਕਿਆ ਜਾ ਚੁੱਕਿਆ ਤੇ ਪੁਆਇੰਟ ਜਿਹੜਾ ਜਾਫੀ ਦਾ ਚੱਲ ਵੀ ਜਾ ਰਿਹਾ ਪਾ ਵੀ ਅਗਲੀ ਕਬੱਡੀ ਲਓ ਤਾਰਾ ਵੇਖਾਂਗੇ ਮੈਦਾਨ ਦੇ ਵਿੱਚ ਮੱਲੇ ਵਾਲਾ ਕਬੱਡੀ ਪਾਉਣ ਲਈ ਵਾਧਾ ਇੱਕ ਭਲਵਾਨੀ ਵਾਲਾ ਤਾਰਾ ਜੋ ਫਿਲਮਾਂ ਦੇ ਵਿੱਚ ਵੀ ਕਹਿੰਦੇ ਆਇਆ ਸੀ ਦੁਨੀਆਂ ਭਰ ਦੇ ਵਿੱਚ ਕਹਿੰਦੇ ਉਹ ਵੀ ਪ੍ਰਸਿੱਧ ਹੈ ਇਧਰਲੇ ਪਾਸੇ ਦਾਰਾ ਚੜ੍ਹਦੀ ਬਰੇਸਦਾ ਲੋ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੈ ਤੇ ਉਧਰਲੇ ਪਾਸੇ ਜਾਫੀ ਵੇਖਾਂਗੇ ਵੀ ਕਰਦਾ ਟਰਾਈ ਲੋ ਲਾ ਕੇ ਤਗੜਾ ਜਿਹਾ ਜੱਫਾ ਤੇ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਮਾਰ ਕਲਾਂ ਵਾਲੇ ਨੇ ਕੀਤਾ ਧੂੜਕੋਟ ਤੇ ਮਹਿਰਾਜ ਦੀਆਂ ਟੀਮਾਂ ਨੂੰ ਬੇਨਤੀ ਆ ਗਰਾਊਂਡ ਦੇ ਲਾਗੇ ਆ ਜਾ ਧੂੜਕੋਟ ਤੇ ਮਹਿਰਾਜ ਦੀਆਂ ਟੀਮਾਂ ਮੇਰੇ ਬੇਨਤੀ ਹੈ ਨਾਲ ਹੀ 75 ਦੀਆਂ ਟੀਮਾਂ ਜਿੰਨੀਆਂ ਵੀ ਪੌਤਰੀਆਂ ਜਲਦੀ ਐਂਟਰ ਹੋ ਜਾਣ ਕਬੱਡੀ 75 ਕਿਲੋ ਭਾਰ ਵਰਗ ਬੇਨਤੀ ਹੈ ਕਬੱਡੀ 75 ਦੀਆਂ ਟੀਮਾਂ ਜਿੰਨੀਆਂ ਪੌਤਰੀਆਂ ਜਲਦੀ ਐਂਟਰ ਹੋ ਜਾਣ ਲਓ ਗੁਰਲਾਲ ਗੁਰਲਾਲ ਇੱਕ ਗੰਗਾ ਮਾਲਾ ਵੀ ਕਹਿੰਦੇ ਪ੍ਰਸਿੱਧ ਹੈ ਉਹ ਵੀ ਅੱਜ ਪੁੱਜੇਗਾ ਜੋਧਪੁਰ ਚੀਮੇ ਵਾਲੇ ਫੌਜੀ ਦੇ ਨਾਲ ਕਹਿੰਦੇ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਜੰਟੇ ਨਾਲ ਕਹਿੰਦੇ ਯਾਰੀ ਹੈ ਗੁਰਲਾਲ ਗੰਗਾ ਮਾਲੇ ਜੀ ਗੁਰਲਾਲ ਦੋਦੇ ਵਾਲਾ ਹਾਂਜੀ ਵੀਰੇ ਭੂਪਚੰਦ ਸ਼ਰਮਾ ਐਂਟਰੀ ਵਾਲੀ ਟਰਾਲੀ ਕੋਲੇ ਪਹੁੰਚੇ ਭੂਪਚੰਦ ਸ਼ਰਮਾ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਗੁਰਪ੍ਰੀਤ ਵੇਖਾਂਗੇ ਵੀ ਗੁਰਪ੍ਰੀਤ ਬੱਗਾ ਭੈਣੀ ਅੱਗੇ ਵਾਲਾ ਉਧਰਲੇ ਪਾਸੇ ਚਾਰ ਜਾਫੀ ਆ ਆਹ ਵੇਖਾਂਗੇ ਵੀ ਸਿਮਰੇ ਦਾ ਕਹਿੰਦੇ ਹਮੀਰਗੜ ਪਿੰਡ ਹੈ ਤਾਂ ਮੈਦਾਨ ਦੇ ਵਿੱਚ ਸਿਮਰਾ ਹਮੀਰਗੜੀ ਆ ਲਾ ਕੇ ਤਗੜਾ ਜਾਫਾ ਤੇ ਆਪਦੀ ਟੀਮ ਲਈ ਪੁਆਇੰਟ ਦਾ ਵਾਧਾ ਕਰ ਗਿਆ ਧੂੜਕੋਟ ਤੇ ਮਹਿਰਾਜ ਦੀਆਂ ਟੀਮਾਂ ਨਹੀਂ ਪੁੱਜੀਆਂ ਪਰ ਇਹ ਕੀ ਗੱਲ ਆ ਧੂੜਕੋਟ ਤੇ ਮਹਿਰਾਜ ਬਾਈ ਬਿੱਲੇ ਹਾਂਜੀ ਬਾਈ ਆ ਸੜਕ ਵਾਲੇ ਪਾਸੇ ਕਿਹੜੀ ਟੀਮ ਹੈ ਸੜਕ ਵਾਲੇ ਪਾਸੇ ਮੱਲੇ ਦੀ ਟੀਮ ਆ ਜੀ ਹਾਂ ਬਾਈ ਮੱਲੇ ਦੀ ਟੀਮ ਨੂੰ ਬਾਈ ਦੇ ਢਾਬੇ ਕੰਨੀ 100 ਰੁਪਇਆ ਇਨਾਮ ਆਇਆ ਉਹ ਆਪਣਾ ਇਨਾਮ ਟਰਾਲੀ ਕੋਲੋਂ ਪ੍ਰਾਪਤ ਕਰਨ ਆ ਬਾਈ ਥੋੜੇ ਥੋੜੇ ਮੋਟਰਸਾਈਕਲ ਕਰ ਲਓ ਯਾਰ ਮਗਰ ਕੁਰਸੀਆਂ ਲਾ ਦਈਏ ਆਪਾਂ ਉਧਰ
ਸਾਡਾ ਵੀਰ ਸੋਨੀ ਕਹਿੰਦਾ ਵੀ ਜਿਹੜਾ ਵੀ ਜਾਫੀ ਗੁਰਲਾਲ ਨੂੰ ਜਫਾ ਲਾਵੇ ਦੋਤੇ ਵਾਲੇ ਨੂੰ ਉਹਦੇ ਲਈ ਪੈਸੇ ਆਉਣਗੇ ਸਿਰਫ ਜਾਫੀ ਦੇ ਲਈ। ਚੱਲ ਵੀ ਦੋਤੇ ਵਾਲਾ ਤੇਰੀ ਕਬੱਡੀ ਆ ਤੇ ਤੁਹਾਡੇ ਤੋਂ ਜਿਹੜਾ ਵੀ ਜਾਫੀ ਨੂੰ ਜਫਾ ਲਾਵੇਗਾ ਉਹਨੂੰ 100 ਦੇ ਮਾਣ ਸਨਮਾਨ ਸੋਨੀ ਦੇ ਵੱਲੋਂ ਦਿੱਤੇ ਜਾਣਗੇ। ਤੇ ਗੁਰਲਾਲ ਵੀ ਕਹਿੰਦੇ ਸ਼ਾਰਪ ਬਰੇਡ ਧਾਵੀ ਹੈ ਪਾਪਾਂ ਦਾ ਛੋਲਾ ਧਾਵੀ ਵੇਖਾਂਗੇ ਵੀ ਦੋਤੇ ਵਾਲਾ ਗੁਰਲਾਲ ਤੇ ਉਧਰਲੇ ਪਾਸੇ 3 ਜਾਫੀਆਂ ਮਾਉਣਾ ਦੀ ਟੀਮ ਨੇ ਤੇ ਉਧਰਲੇ ਪਾਸੇ ਜਾਫੀ ਦੇ ਪਰ ਡਬਲ ਟੱਚ ਤੇ ਪੁਆਇੰਟ ਦੋਤੇ ਵਾਲਾ ਗੁਰਲਾਲ ਆਪਣੀ ਟੀਮ ਦੇ ਸਵੇ ਜੋੜ ਗਿਆ। ਸਾਡੀ ਬੇਨਤੀ ਹੈ ਧੂੜਕੋਟ ਤੇ ਮਹਿਰਾਜ ਦੀਆਂ ਟੀਮਾਂ ਕਿਹੜੀ ਟੀਮ ਆਈ ਹੈ ਬਾਈ ਪੁੱਛ ਇਹਨਾਂ ਨੂੰ ਮਗਰ। ਹਾਂਜੀ ਬਾਈ ਗੁਰਤੇਜ ਸਿੰਘ ਸਨ ਆਫ ਨੱਥਾ ਸਿੰਘ ਵੱਲੋਂ ਲੰਗਰ ਕਮੇਟੀ ਨੂੰ 500 ਰੁਪਏ ਯੋਗਦਾਨ। ਗੁਰਤੇਜ ਸਿੰਘ ਸਨ ਆਫ ਨੱਥਾ ਸਿੰਘ ਧੂੜਕੋਟ ਆ ਗਈ ਹੈ ਤੇ ਮੇਰਾ ਆਜ ਨੀ ਪੁੱਜੀ ਵੀਰੇ ਲੀਡਰ ਚੈੱਕ ਕਰ ਲਓ ਆਪਦੇ ਦੋਨੇ ਟੀਮਾਂ ਇੱਥੇ ਖੜ ਕੇ ਮਿੱਟੀ ਵੀ ਪਈ ਆ ਕੁਛ ਮਰਜ਼ੀ ਕਰੀ ਚੱਲੋ ਇੱਥੇ ਤੇ ਗਰਾਊਂਡ ਜਾ ਕੇ ਸਿੱਧਾ ਤੁਸੀਂ ਮੈਚ ਖੇਡਣਾ। ਹੈਲੋ ਵੀਰੇ ਪਹਿਲਾਂ ਤਾਂ ਬੇਨਤੀ 75 ਕਿਲੋ ਜਿਹੜੇ ਐਂਟਰੀ ਫੀਸ ਰਹਿੰਦੀ ਆ ਐਂਟਰੀ ਫੀਸ ਜਮ੍ਹਾਂ ਕਰਾਓ ਅਸੀਂ ਟਾਈਆਂ ਪਾਉਣ ਲੱਗੇ ਦੂਜੀ ਵੀ। ਹੈਲੋ ਆ 100 ਰੁਪਈਏ ਦਾ ਹੋਰ ਯੋਗਦਾਨ ਲੰਗਰ ਦੇ ਵਿੱਚ ਪੰਮਾ ਰੇੜੇ ਵਾਲਾ ਉਹਦੇ ਵੱਲੋਂ ਵੀ ਆਇਆ ਵੀ 100 ਰੁਪਏ ਦਾ ਯੋਗਦਾਨ ਲੰਗਰ ਕਮੇਟੀ ਦੇ ਲਈ। ਬਹੁਤ ਬਹੁਤ ਧੰਨਵਾਦ ਇਹਨਾਂ ਦਾਨੀ ਸੱਜਣਾ ਦਾ ਜਿਹੜੇ ਲੰਗਰ ਦੀ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਨੇ। ਜਲ ਵੀ ਪਾ ਵੀ ਅਗਲੀ ਕਬੱਡੀ ਲੋ ਗੁਰਲਾਲ ਦੋਤੇ ਵਾਲਾ ਮੈਦਾਨ ਚ ਕਬੱਡੀ ਪਾਉਣ ਲਈ ਵੱਧ ਦੋਤੇ ਵਾਲੇ ਗੁਰਲਾਲ ਦੀ ਪਾਈ ਹੈ ਕਬੱਡੀ ਕੇ ਸੋਨੂ ਦਾ ਜੰਪ ਦੁਲੇ ਦਾ ਪੰਪ ਭੀਮ ਦੀ ਡਾਜ ਤੇ ਕਾਲੂ ਦੀ ਭਾਰੇ ਚਿਹਰੇ ਦਿਲ ਨੂੰ ਲੁੱਟਦੇ ਨੇ ਕਿ ਦੌਦਰ ਦਾ ਵਰਿੰਦਰ ਤੇ ਪਿੱਥੋਂ ਵਾਲਾ ਸੀਰਾ ਰੇਡਰ ਦੂਰੇ ਕਰਕੇ ਸਿੜਦੇ ਨੇ। ਹੈਲੋ 75 ਕਿਲੋ ਦੀਆਂ ਟੀਮਾਂ ਨੂੰ ਬੇਨਤੀ ਆ ਵੀਰੇ ਐਂਟਰੀ ਫੀਸ ਭੇਜ ਦਿਓ ਜਲਦੀ। ਬਾਕੀ 75 ਦੀਆਂ ਜਿੰਨੀਆਂ ਵੀ ਟੀਮਾਂ ਆਸੇ ਪਾਸੇ ਫਿਰਦੀਆਂ ਵੀਰੇ ਐਂਟਰੀ ਕਰਾਓ ਜਲਦੀ ਤੋਂ ਜਲਦੀ ਅਸੀਂ ਟਾਈਆਂ ਪਾਉਣ ਲੱਗੇ ਹਾਂ। ਫਿਰ ਸਾਡੀ ਬੇਨਤੀ ਆ 75 ਦੀਆਂ ਟੀਮਾਂ ਚੱਲ ਵੀ ਦੋਤੇ ਵਾਲਿਆ ਪਾ ਵੀ ਅਗਲੀ ਕਬੱਡੀ ਲਓ ਗੁਰਲਾਲ ਦੋਤੇ ਵਾਲਾ ਮੈਦਾਨ ਚ ਕਬੱਡੀ ਪਾਉਣ ਲਈ ਵੱਧ ਉਧਰਲੇ ਪਾਸੇ ਜਾਫੀ ਮਾਉਣਾ ਵਾਲਾ ਕਿ ਕਿਛਲੇ ਕਾਲੇ ਪਾਣੀ ਉਹ ਖਤਮ ਆਉਣ ਨੂੰ ਪਾਇਆ ਕਿ ਬਦਲਾ ਲੈ ਲਈ ਜਾਉਣਿਆਂ ਨੇ ਮਾਨਦਾ ਜਾਇਆ ਲੋ ਗੁਰਲਾਲ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰ ਗਿਆ। ਮੈਚ ਵੀ ਸਮਾਪਤ ਤੇ ਇਹਦੇ ਨਾਲ ਹੀ ਮੱਲੇ ਦੀ ਟੀਮ ਜੇਤੂ ਆ ਬਾਈ ਜੀ ਨੋਟ ਕਰ ਲਓ। ਟਰਾਲੀ ਵਾਲੇ ਵੀਰਾਂ ਨੂੰ ਬੇਨਤੀ ਆ ਮੱਲੇ ਦੀ ਟੀਮ ਜੇਤੂ ਆ ਨੋਟ ਕਰ ਲਓ ਮੱਲਾ। ਠੀਕ ਆ ਜੀ ਠੀਕ ਆ ਆਓ ਧੂੜਕੋਟ ਤੇ ਮਹਿਰਾਜ। ਹਾਂਜੀ ਬਾਈ ਦੋਦੇ ਵਾਲੇ ਗੁਰਲਾਲ ਨੂੰ ਬਾਈ ਦੇ ਢਾਬੇ ਕੰਨੀ ਉਹ 100 ਰੁਪਿਆ ਇਨਾਮ ਆ ਉਹ ਆਪਣਾ ਇਨਾਮ ਟਰਾਲੀ ਕੋਲੋਂ ਪ੍ਰਾਪਤ ਕਰੇ ਗੁਰਲਾਲ ਬਾਈ ਦੇ ਢਾਬੇ ਦੇ ਵੱਲੋਂ ਦੋਦੇ ਵਾਲੇ ਗੁਰਲਾਲ ਦੇ ਲਈ ਵੱਡੇ ਮਾਨ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਹੈ। ਆਓ ਦੋਨੇ ਟੀਮਾਂ ਧੂੜਕੋਟ ਤੇ ਮਹਿਰਾਜ ਗਰਾਊਂਡ ਦੇ ਵਿੱਚ ਆ ਜਾਣਾ। ਬਾਈ ਜੀ ਬਾਈ ਦੇ ਢਾਬੇ ਵਾਲਾ ਬੰਦਾ ਕਿੱਥੇ ਬੈਠਾ ਤੇ ਗੁਰਲਾਲ ਦੇ ਪੈਸੇ ਆ ਹੈਲੋ ਬਿੱਲੇ ਅਸ਼ੋਕ ਜੈਤੋ ਤੇ ਭੂਰਾ ਢੱਡਿਆਂ ਵਾਲਾ ਗਰਾਊਂਡ ਦੇ ਵਿੱਚ ਆ ਜਾਣ ਸਾਡੇ ਅਫੀਸ਼ੀਅਲ ਵੀਰ। ਹਾਂਜੀ ਬਾਈ ਬਾਈ ਗੁਰਲਾਲ ਦੇ ਪੈਸੇ ਪਹੁੰਚਦੇ ਕਰ ਦੋ ਕਿਹਦੇ ਕੋਲੇ ਆ ਗੁਰਲਾਲ ਦੀ ਆ ਇੱਥੇ ਜੀ ਇੱਥੇ ਐਂਟਰੀ ਕਾਊਂਟਰ ਤੇ ਲੈ ਗਿਆ ਉਹ ਦੂਜਾ ਸਾਥੀ ਉਹਨਾਂ ਦੀ ਟੀਮ ਦਾ ਸਾਥੀ ਲੈ ਗਿਆ ਗੁਰਲਾਲ ਆਪਣਾ ਹੀ ਹੈਲੋ ਆ 100 ਰੁਪਏ ਦਾ ਯੋਗਦਾਨ ਲੰਗਰ ਵਾਸਤੇ ਪੱਪੀ ਸਿੰਘ ਸਨ ਆਫ ਸਰੂਪ ਸਿੰਘ ਵੱਲੋਂ ਲੰਗਰ ਕਮੇਟੀ ਵਾਸਤੇ ਆਇਆ ਜੀ 100 ਰੁਪਈਏ ਦਾ ਹੋਰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾਨੀ ਸੱਜਣਾ ਦਾ। ਹੈਲੋ ਆ ਵੀਰੇ ਬਾਹਰ ਦੀਆਂ ਟਾਈਆਂ ਪੈ ਰਹੀਆਂ ਗਰਾਊਂਡ 'ਚ ਆ ਜਾਓ ਜੇ ਕਿਸੇ ਟੀਮ ਨੂੰ ਉਤਰਾਇਆ ਜਾਂਦਾ ਕੋਈ ਇੱਕ ਖਿਡਾਰੀ ਬਾਹਰ ਦਾ ਚਾਰੇ ਟੀਮਾਂ ਦਾ ਸੈਮੀਫਾਈਨਲ ਦਾ ਸਕੋਰ ਦੱਸ ਦਿਓ ਬਈ।
हेलो टाइम दस दो टाइम उन्होंने साढ़े पंद्रह सोलह साढ़े पंद्रह ते सोलह उधर बाहर दे सेमीरियां सीटाइयां पाउन लगे मेरे ग्राउंड दे बच्चे जे किसे टीम ने कोई शक करता ग्राउंड दे बच्चे एक एक प्लेयर आ सकता मेरा आज दी टीम स्टेज वाले पासे दे विरोधी टीम धूड़कोट आ गई है जी सड़क वाले पासे इधरले पासे खिलाड़ी वाला वेखांगे मैदान दे विच पहली कबड्डी पाउंदा ते जां फिर मैदान दे विच धूड़कोटियां करदा ट्राई ते पर पॉइंट खिलाड़ी वाले ने अपनी टीम दे हिस्से में जोड़ दिता चल भी पा भी अगली कबड्डी उधर बाई दे ढाबे वाले सज्जन भी पुजे ने बहुत बहुत धन्यवाद करांगे उन्हां दा इन्हां प्लेयरां दा भी मान करदे ने चल भी पा भी अगली कबड्डी मेरे असि टाइया कढ़न लगे हाँ तो जे किसी ने कोई शक है तो ग्राउंड के आ सकता सैमीफाइनल मैचों दियां बाहर दे किलो भार वर्ग के असि सैमी मैचों दियां टाइया पाउन लगे हाँ नीहां वाला ते मल्ले दा पहला सेमी आ ते भोखड़े दा मैच जिहड़ी इन्हां चों जित्तेगी नीहां वाला ते मल्ला भोखड़ा ते जिहड़ी इन्हां चों जित्तेगी उहदा दूजा सेमी इह आपदी तैयारी करके टीमां ग्राउंडां वल नूं आ जाण मेरे बेनती आ लो वेखांगे मैदान दे विच खियाली वाला टिकिआ जा चुकिआ ते पॉइंट जाफी दा हैलो पचहत्तर किलो वेट दे खिडारी नोट करन बई वेट करवा लैने अपना उन्हां दे मैच बोलने हैं जिहड़ियां भी टीमां इत्थे सुणदियां हैं पचहत्तर किलो दियां वेट करवा लैन लेडले पासे वेखांगे भी खिडारी वाला ओह भी खिडारी वाला मैदान दे विच कबड्डी पाउण लई वाधा ਨਹੀਂਆ ਵਾਲਾ ਤੇ ਮੱਲਾ ਪਹਿਲੇ ਸੈਮੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਉਧਰਲੇ ਪਾਸੇ ਜਾਫੀ ਦੀ ਕੀਤੀ ਹੈ ਟਰਾਈ ਤੇ ਪੁਆਇੰਟ ਜਿਹੜਾ ਧਾਵੀ ਦਾ चल भी पा भी अगली कबड्डी लो इधरले पासे मैदान दे विच वेखांगे भी नैबी ख्याली पिंड है गवांड पिंड है लागे करके बसा नगर ते उधरले पासे चार जाफी है एक पासे वेखांगे विशमी कुद्दू वाले पिंड दा हुण चारां जाफियां दे विचों वेखांगे मैदान दे विच जाफी ने कीती है ट्राई लो भरियां बगलां